ਨਮਸਕਾਰ ਖਬਰਾਂ ਦੇ ਇਸ ਬਲੂਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੁੰਨੀਆਂ ਖਬਰਾਂ ਅੰਮ੍ਰਿਤਸਰ ਵਿਖੇ ਜੀ20 ਸੰਮੇਲਨ ਤੇ ਦੂਜੇ ਸਿੱਖਿਆਕਾਰ ਸਮੂਹ ਦੇ ਸੈਮੀਨਾਰ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਸੰਮੇਲਨ ਦੇ ਅੱਜ ਦੂਜੇ ਦਿਨ ਵਿਦਿਆਰਥੀ ਸਿੱਖਿਆ ਸ਼ਾਸਤਰੀ ਅਤੇ ਸਿੱਖਿਆ ਸੰਸਥਾਵਾਂ ਹੋਂਗੀਆਂ ਸ਼ਾਮਿਲ ਸੰਮੇਲਨ ਦੇ ਮੱਦੇਨਜ਼ਰ ਸ਼ਹਿਰ ਦੇ ਚੋਨੇ ਖੇਤਰਾਂ 'ਚ ਡਰੋਨ ਉਡਾਉਣ ਤੇ ਪਾਬੰਦੀ ਲਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਊਰਜਾ ਖੇਤਰ ਵਿੱਚ ਆਤਮ ਨਿਰਭਰ ਬਣਨ ਲਈ ਵਚਨਬੱਧ ਕੌਮੀ ਜਾਂਚ ਏਜੰਸੀ NIA ਵੱਲੋਂ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਛਾਪੇ ਮਾਰੀ ਹੁਣ ਖਬਰਾਂ ਵਿਸਥਾਰ ਨਾਲ ਪਰ ਦੀ G20 ਪ੍ਰਦਾਨਗੀ ਹੇਠ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਵਿਖੇ ਸਿੱਖਿਆ ਮੰਤਰਾਲੇ ਅਦੀਨ IIT ਰੋਪੜ ਨੇ ਖੋਜ ਨੂੰ ਮਜ਼ਬੂਤ ਕਰਨ ਅਤੇ ਸਮਰਿੱਧ ਸਹਿਯੋਗ ਦੇ ਮਾਧਿਅਮ ਨਾਲ ਨਵਾਂਚਾਰ ਨੂੰ ਉਤਸ਼ਾਹਿਤ ਕਰਨ ਸੰਬੰਧੀ ਵਿਸ਼ੇ ਤੇ ਸੈਮੀਨਾਰ ਦੀ ਮੇਜ਼ਬਾਨੀ ਕੀਤੀ ਇਸ ਸੈਮੀਨਾਰ ਚ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ राजीव 아ਹੋਜਾ ਨੇ ਪਾਗੀਦਾਰਾਂ ਦਾ ਸਵਾਗਤ ਕੀਤਾ ਇਹ ਪ੍ਰੋਗਰਾਮ ਕੰਮ ਅਤੇ ਨਵਾਂਚਾਰ ਦੇ ਪਵਿੱਕਤੇ ਚਰਚਾ ਕਰਨ ਲਈ G20 ਸਿੱਖਿਆ ਕਾਰਡਸ ਮੂਹ ਦੇ ਪ੍ਰਤੀਨਿਧੀਆਂ ਨੂੰ ਇੱਕ ਮੰਚ ਤੇ ਇਕੱਠੇ ਕਰ ਰਿਹਾ ਹੈ ਉੱਚ ਸਿੱਖਿਆ ਬਰਿਸਕਤਰ ਸੰਜੀ ਮੂਰਤੀ ਅਤੇ ਆਈਆਈਐਸਸੀ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਾ ਰਾਜਨ ਨੇ ਵੀ ਸੰਮੇਲਨ ਵਿੱਚ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਬਗਬਗ ਬੁਲਾਰੇ ਨੇ ਵਿਸ਼ੇ ਪੱਧਰ ਤੇ ਖੋਜ ਅਤੇ ਨਵਾਂ ਚਾਰ ਵਿੱਚ ਮੋਰੀ ਬਣਨ ਲਈ ਭਾਰਤ ਲਈ ਮੌਕਿਆਂ ਤੇ ਚਾਣਨਾ ਪਾਇਆ। ਉਨ੍ਹਾਂ ਭਾਰਤ ਵੱਲੋਂ ਕੀਤੀਆਂ ਗਈਆਂ ਕਿਫਾਇਤੀ ਕਾਢਾਂ ਦਾ ਵੀ ਜ਼ਿਕਰ ਕੀਤਾ ਤੇ ਜ਼ਮੀਨੀ ਪੱਧਰ ਤੇ ਨਵਾਂ ਚਾਰ ਦੀ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ। ਸੰਨਤਾਂ ਲਈ ਉੱਭਰ ਰਹੀਆਂ ਤਕਨੀਕਾਂ ਸੰਬੰਧੀ ਵਿਸ਼ੇ ਤੇ ਪਹਿਲੇ ਪੈਨਲ ਵਿੱਚ ਆਸਟ੍ਰੇਲੀਆ, ਫਰਾਂਸ, ਯੂਕੇ ਅਤੇ ਭਾਰਤ ਦੇ ਪੈਨਲਿਸਟਾਂ ਨੇ ਭਾਗ ਲਿਆ। ਉਹਨਾਂ ਉੱਭਰ ਰਹੀਆਂ ਤਕਨੀਕਾਂ ਤੇ ਖੋਜ ਨੂੰ ਉਤਸ਼ਾਹਿਤ ਕਰਨ, ਸਿੱਖਿਆ ਪ੍ਰਣਾਲੀਆਂ ਤੇ ਸਮਾਜ ਤੇ ਉਹਨਾਂ ਦੇ ਪ੍ਰਭਾਵ ਬਾਰੇ ਚਰਚਾ ਕੀਤੀ। ਸੈਮੀਨਾਰ ਦੇ ਦੂਜੇ ਪੈਨਲ ਵਿੱਚ ਚੀਨ, ਓਮਾਨ, ਦੱਖਣ ਅਫਰੀਕਾ, ਸੰਯੁਕਤ ਅਰਬ ਅਮਰਾਤ ਤੇ ਯੂਨੀਸੈਫ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਚਰਚਾ ਦਾ ਵਿਸ਼ਾ ਟਿਕਾਊ ਵਿਕਾਸ ਟੀਚਿਆਂ 'ਚ ਖੋਜ ਤੇ ਕੇਂਦ੍ਰਿਤ ਰਿਹਾ ਇਸ ਦੌਰਾਨ ਯੂਨੀਵਰਸਿਟੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਤੇ ਵੀ ਚਰਚਾ ਕੀਤੀ ਗਈ ਸੈਮੀਨਾਰ ਵਿੱਚ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਹੱਲ ਕੱਢਣ ਅਤੇ ਸਰਕਾਰ ਅਕਾਦਮਿਕ ਉਦਯੋਗ ਦਰਮਿਆਨ ਪਾੜੇ ਨੂੰ ਦੂਰ ਕਰਨ ਤੇ ਵੀ ਗੱਲਬਾਤ ਕੀਤੀ ਗਈ ਸੈਮੀਨਾਰ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਵਿਦੇਸ਼ ਤੋਂ ਆਏ ਡੈਲੀਗੇਟਾਂ ਦਾ ਪੰਜਾਬ ਦੀ ਧਰਤੀ ਤੇ ਆਉਣ ਤੇ ਸਵਾਗਤ ਕੀਤਾ ਪਾਸ਼ਨ ਦੌਰਾਨ ਉਹਨਾਂ ਨੇ ਪੰਜਾਬ 'ਚ ਸਿੱਖਿਆ ਤੇ ਨਮਾਜ਼ ਚਾਰ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਭਾਗੀਦਾਰਾਂ ਨੂੰ ਪੰਜਾਬ ਦੇ ਸੱਭਿਆਚਾਰ ਦਾ ਤਜਰਬਾ ਹਾਸਲ ਕਰਨ ਅਤੇ ਪਕਵਾਨਾਂ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ G20 ਦੇ ਸਿੱਖਿਆ ਕਾਰਜ ਸਮੂਹੀ ਮੇਜ਼ਬਾਨੀ ਦਾ ਮੌਕਾ ਪੰਜਾਬ ਨੂੰ ਦਿੱਲੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸੈਮੀਨਾਰ ਮਗਰੋਂ ਕਈ ਸੱਭਿਆਚਾਰਕ ਬਣਗੀਆਂ ਪੇਸ਼ ਕੀਤੀਆਂ ਗਈਆਂ ਤੇ ਉਦਯੋਗ, ਅਕਾਦਮਿਕ ਅਤੇ ਸਟਾਰਟਅਪ ਦੀ ਭਾਗੀਦਾਰੀ ਨੂੰ ਦਰਸਾਉਂਦੀ ਇੱਕ ਮਲਟੀਮੀਡੀਆ ਪ੍ਰਦਰਸ਼ਨੀ ਵੀ ਲਗਾਈ ਗਈ। ਸੰमेलन ਦੇ ਅੱਜ ਦੂਜੇ ਦਿਨ ਸਥਾਨਕ ਸੰਸਥਾਵਾਂ ਵਿਦਿਆਰਥੀਆਂ ਸਿੱਖਿਆ ਸ਼ਾਸਤਰੀਆਂ ਤੇ ਖੋਜਕਰਤਾਵਾਂ ਵੱਲੋਂ ਵੱਖ-ਵੱਖ ਸੈਸ਼ਨਾਂ 'ਚ ਭਾਗ ਲਿਆ ਜਾਪੇਗਾ। T20 ਬੈਟਕੰਦੇ ਸਿਲਸਿਲੇ ਤਹਿਤ ਗੁਰਨਾਣਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਲਬਾਈ 20 ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਮੀਟਿੰਗ W20 ਮੈਂਬਰ ਮੁਲਕਾਂ ਦੇ ਨੌਜਵਾਨਾਂ ਨੂੰ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਤਿਆਰ ਹੋਣ ਦਾ ਮੰਚ ਪ੍ਰਦਾਨ ਕਰਦੀ ਹੈ W20 ਦੇ ਤਹਿਤ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਚ ਨੌਜਵਾਨਾਂ ਨਾਲ ਸੰਬੰਧਿਤ ਵਿਸ਼ਿਆਂ ਤੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਗੁਰਨਾਣਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਚ ਇਸ ਬੈਠਕ ਚ ਪਾਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਪੰਜਾਬ ਦੇ ਉਚੇਰੀ ਸਿੱਖਿਆ ਬਰੇ ਮੰਤਰੀ ਹਰਜੋਤ ਸਿੰਘ ਬੈਂਚ ਨੇ ਇਸ ਮੀਟਿੰਗ ਦਾ ਦੁਪਹਿਰ ਸਮੇਂ ਰਸਮੀ ਉਦਘਾਟਨ ਕੀਤਾ ਆਪਨੇ ਸੰਬੋਧਨ ਚ ਉਹਨਾਂ ਨੌਜਵਾਨਾਂ ਨੂੰ ਅਜੇ ਪ੍ਰੋਗਰਾਮਾਂ ਚ ਲਗਾਤਾਰ ਹਿੱਸਾ ਲੈਣ ਲਈ ਆਖਿਆ ਤੇ ਕਿਹਾ ਕਿ ਨੌਜਵਾਨ ਸਟਾਰਟਅਪ ਸਥਾਪਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਕਪਕ ਵਿਸ਼ਿਆਂ ਦੇ ਮਾਹਿਰਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਨੌਕਰੀਆਂ ਖਤਮ ਨਹੀਂ ਹੋਣਗੀਆਂ ਬਲਕਿ ਨੌਕਰੀਆਂ ਦੇ ਮੌਕੇ ਹੋਰ ਵਧਣਗੇ ਉਹਨਾਂ ਨੌਜਵਾਨਾਂ ਨੂੰ ਪ੍ਰੋਐਕਟਿਵ ਹੋ ਕੇ ਤਕਨੀਕ ਤੋਂ ਲਾਭ ਲੈਣ ਦੀ ਸਲਾਹ ਦਿੱਤੀ ਨੌਜਵਾਨਾਂ ਨੂੰ ਆਪਣੇ ਜੀਵਨ ਚ ਸਿੱਖਣ ਮੰਜ਼ੂਰ ਕਰਨ ਅਤੇ ਹਾਂ ਪੱਕੀ ਆਦਤ ਪਾਉਣ ਲਈ ਆਖਿਆ ਤੇ ਕਿਹਾ ਕਿ ਉਸ ਸਖਤ ਮਿਹਨਤ ਕਰਦੇ ਹਾਂ ਹਰ ਰਾਤੇ ਅੱਗੇ ਵਧਨ ਬੁਲਾਰਿਆ ਮੁਤਾਬਿਕ ਜੀਵਨ 'ਚ ਗਲਤੀ ਕਰਨਾ ਵੀ ਜ਼ਰੂਰੀ ਹੁੰਦਾ ਹੈ ਕਿਉਂ ਜੋ ਮਨੁੱਖ ਗਲਤੀਆਂ ਤੋਂ ਹੀ ਸਿੱਖਦਾ ਹੈ ਇਸ ਦੇ ਨਾਲ ਨਾਲ ਹੀ ਜ਼ਿਆਦਾਤਰ ਮਾਹਿਰਾਂ ਨੇ ਨੌਜਵਾਨਾਂ ਨੂੰ ਨੌਕਰੀ ਲੈਣ ਬਲ ਨਹੀਂ ਬਲਕਿ ਆਪਣੇ ਸਟਾਰਟਅਪ ਲਗਾ ਕੇ ਨੌਕਰੀ ਦੇਣ ਦੇ ਰਾਹ ਤੇ ਚੱਲਣ ਦੀ ਸਲਾਹ ਵੀ ਦਿੱਤੀ W20 ਪ੍ਰੋਗਰਾਮਾਂ ਦੇ ਪੰਜ ਵਿਸ਼ਿਆਂ 'ਚ ਜਲਵਾਯੂ ਤਬਦੀਲੀ ਉਦਯੋਗ ਸਿਹਤ ਸੰਭਾਲ ਅਤੇ ਨੌਜਵਾਨਾਂ ਨਾਲ ਸੰਬੰਧਿਤ ਮਸਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅੰਮ੍ਰਿਤਸਰ ਚ ਚੱਲ ਰਹੀ ਹੈ ਜੀ 20 ਸੰਮੇਲਨ ਦੀਆਂ ਬੈਠਕਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸ਼ਹਿਰ ਦੇ ਚੋਣਵੇਂ ਖੇਤਰਾਂ ਚ ਡਰਨ ਅਤੇ ਮਨੁੱਖ ਰਹਿਤ ਹਵਾਈ ਬਾਹਨਾ ਦੇ ਉਡਣ ਤੇ ਪਾਬੰਦੀ ਲਗਾਈ ਹੈ ਇੱਕ ਸਰਕਾਰੀ ਬਿਆਨ ਮੁਤਾਬਕ ਪਾਬੰਦੀ ਵਾਲੇ ਖੇਤਰ ਜੀ 20 ਦੀਆਂ ਬੈਠਕਾਂ ਵਾਲੇ ਸਥਾਨ ਦੇਸ਼ ਵਿਦੇਸ਼ ਤੋਂ ਆਏ ਪ੍ਰਤੀਨਿਧੀਆਂ ਦੇ ਰਿਹਾਈਸ਼ੀ ਟਿਕਾਣੇ ਤੇ ਰਸਤਿਆਂ ਨੂੰ ਸ਼ਾਮਿਲ ਕੀਤਾ ਗਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਨਿਹਾਲ ਸਿੰਘ ਨੇ ਦੱਸਿਆ ਕਿ ਨਾ ਇਲਾਕੇ ਨੂੰ ਰੈੱਡ ਜ਼ੋਨ ਐਲਾਨ ਹੈ ਕਿਤੇ ਕਰੜੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਊਰਜਾ ਦੇ ਖੇਤਰ ਚ ਆਤਮ ਨਿਰਭਰ ਬਣਨ ਲਈ ਵਚਨਬੱਧ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਸੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਦੇ ਟਵੀਟ ਨੂੰ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਲਈ ਵੀ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਤੇਲ ਖਪਤਕਾਰ ਅਤੇ LPG ਖਪਤਕਾਰ ਬਨਣ ਬਾਰੇ ਟਵੀਟ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਹਰ ਖੇਤਰ ਵਿੱਚ ਮਹਿਲਾਵਾਂ ਦੀਆਂ ਪ੍ਰਾਪਤੀਆਂ ਦੇਸ਼ਵਾਸੀਆਂ ਨੂੰ ਅੰਮ੍ਰਿਤ ਕਾਲ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿਲਾਉਂਦੀਆਂ ਨੇ ਪਰ ਦੀਆਂ ਮਹਿਲਾਵਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ प्राप्तियां नारी शक्ति दे आत्मविश्वास ਦਾ ਨਤੀਜਾ ਨੇ ਉਪਰਾਸ਼ਟਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਕੱਲ ਕਾਂਗਰਸ ਪਾਰਟੀ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ ਤਨਖੜ ਨੇ ਪਾਰਲੀਮੈਂਟ ਹਾਊਸ ਦੇ ਆਪਣੇ ਚੈਂਬਰ ਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਆਗੂ ਮਲਗੀਆ ਅਰਜੁਨ ਖੜਗੇ ਦੀ ਅਗਵਾਈ ਚ ਕਾਂਗਰਸੀ ਵਫਦ ਨਾਲ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਵਫਦ ਵਿੱਚ ਰਾਜ ਸਭਾ ਮੈਂਬਰ ਜੈ ਰਾਮ ਰਮੇਸ਼ ਦਿਗਵਜ ਸਿੰਘ ਮਕੁਲ ਬਾਸਨੀ ਕੇ ਸੀ ਵੇਨੂ ਗੋਪਾਲ ਅਤੇ ਪ੍ਰਮੋਤ तिवारी ਸ਼ਾਮਿਲ ਸਨ ਭਾਰਤੀ ਰੇਲਵੇ ਨੇ ਸਾਲ 2030 ਤੱਕ ਸ਼ੁੱਧ ਸਿਫਰ ਕਾਰਬਨ ਨਿਕਾਸੀ ਦਾ ਟੀਚਾ ਮਿੱਥਿਆ ਰੇਲ ਮੰਤਰੀ ਅਸ਼ਮਨੀ ਵੈਸ਼ਨਵ ਨੇ ਲੋਕ ਸਭਾ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਚ ਇਹ ਜਾਣਕਾਰੀ ਦਿੱਤੀ ਰੇਲ ਮੰਤਰੀ ਨੇ ਕਿਹਾ ਕਿ ਕਾਰਬਨ ਨਿਕਾਸੀ ਨੂੰ ਕਾਟ ਕਰਨ ਲਈ ਰੇਲਵੇ ਨੇ ਕਈ ਪਹਿਲ ਕਦਮੀਆਂ ਕੀਤੀਆਂ ਨੇ ਜਿਨ੍ਹਾਂ ਤਿੰਨ ਫੇਜ਼ ਵਾਲੇ ਇਲੈਕਟ੍ਰਿਕ ਇੰਜਨਾਂ ਦੀ ਵਰਤੋਂ, ਐਚਓਜੀ ਟੈਕਨੋਲੋਜੀ, LED ਲਾਈਟਾਂ ਅਤੇ ਰੇਲਵੇ ਲਾਈਨਾਂ ਦੇ ਆਸ-ਪਾਸ ਰੁੱਖ ਲਗਾਉਣ ਜਈਆਂ ਪਹਿਲ ਕਦਮੀਆਂ ਸ਼ਾਮਿਲ ਨੇ ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਨੀਤੀ ਕਢੀ ਜਾ ਚੁੱਕੀ ਹੈ ਜਿਸ ਦੇ ਚਲਦਿਆਂ ਸਮਾਵਟਾਂਗ ਨਾਲੇ ਟੀਚਾ ਹਾਸਲ ਕੀਤਾ ਜਾਵੇਗਾ ਰੇਲ ਮੰਤਰੀ ਨੇ ਦੱਸੇ ਕਿ ਸਾਲ 2030 ਤੱਕ ਭਾਰਤੀ ਰੇਲਵੇ ਚੂਰਜਾ ਦੀ ਮੰਗ ਵੱਧ ਕੇ 8200 ਮੈਗਾਵਾਟ ਤੱਕ ਪੁੱਜਣ ਦੀ ਉਮੀਦ ਹੈ ਅਸ਼ਮਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਵੱਲੋਂ ਰੂਫਟਾਪ ਸੋਲਰ ਪਲਾਂਟਾਂ ਤੇ ਪੌਣ ਊਰਜਾ ਨਾਲ ਚੱਲਣ ਵਾਲੇ ਪਲਾਂਟਾਂ ਤੋਂ ਵੀ ਬਿਜਲੀ ਲਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਨਵੇਂ ਜੋ ਗੁਰਜਾ ਨੂੰ 2150 ਮੈਗਾਵਾਟ ਤੱਕ ਲਜਾਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਪਰਮਾਣੂ ਊਰਜਾ ਤੇ ਪੁਲਾੜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਗਗਨਜਾਨ ਮਿਸ਼ਨ ਲਈ 9000 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ ਲੋਕ ਸਭਾ ਚ ਇੱਕ ਸਵਾਲ ਦੇ ਲਿਖਤੀ ਜਵਾਬ ਚ ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਵਕਫ ਵਕਫ ਪਹਿਲੂਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੁਣਾ ਕਿਹਾ ਕਿ ਗਗਨਜਾਨ ਪ੍ਰੋਗਰਾਮ ਨੂੰ ਕਦੀ ਪੁਲਾੜ ਤੱਕ ਪਹੁੰਚ ਅਤੇ ਸੁਰੱਖਿਅਤ ਵਾਪਸੀ ਨੂੰ ਦਰਸਾਉਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਰੋਬਲ ਨੂੰ ਕੀ ਸਮਰੱਥਾ ਵਾਲੇ ਲਾਂਚ ਵਹੀਕਲ ਰੈਂਜੋਕਰੀਓ ਮੋਡੂਲ प्राण बचाओ प्रणाली ट्रेनिंग ਅਤੇ ਰਿਕਵਰੀ ਜਿੰਆਂ ਸਵਦੇਸ਼ੀ ਤਕਨੀਕਾਂ ਤੇ ਕੰਮ ਕੀਤਾ ਜਾ ਰਿਹਾ ਹੈ ਕੇਂਦਰੀ ਮੰਤਰੀ ਨੇ ਸਰਕਾਰ ਵੱਲੋਂ ਪੁਲਾੜ ਖੇਤਰ ਨੂੰ ਹੱਲਾਸ਼ੀਰੀ ਦੇਣ ਵਾਲੇ ਕਈ ਕਦਮਾਂ ਤੇ ਵੀ ਜਾਣਕਾਰੀ ਸਾਂਝੀ ਕੀਤੀ ਕੌਮੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਚ ਕੱਲ ਕਈ ਥਾਂ 'ਤੇ ਛਾਪੇਮਾਰੀ ਕੀਤੀ ਏਜੰਸੀ ਵੱਲੋਂ ਪਾਕਿਸਤਾਨ ਸਥਿਤ ਪਾਬੰਦੀਸ਼ੁਦਾਤਵਾਦੀ ਸੰਗਠਨਾਂ ਦੇ ਕਮਾਂਡਰਾਂ ਵੱਲੋਂ ਸਾਜ਼ਿਸ਼ਾਂ ਕਢਣ ਦੇ ਸਿਲਸਲੇ 'ਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਸ ਸਾਜ਼ਿਸ਼ ਦੇ ਤਹਿਤ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕੱਟੜ ਬਣਾਉਣ ਅਤੇ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਐਨਆਈਏ ਵੱਲੋਂ ਜਾਰੀ ਬਿਆਨ ਮੁਤਾਬਕ ਪੰਜਾਬ ਚ ਫਤਿਹਗੜ੍ਹ ਸਾਹਿਬ ਅਤੇ ਜੰਮੂ ਕਸ਼ਮੀਰ ਦੇ ਕੁੱਲਗਾਮ ਚ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਕਈ ਥਾਵਾਂ ਤੋਂ ਡਿਜੀਟਲ ਉਪਕਰਨ ਅਤੇ ਸ਼ੱਕੀ ਦਸ ਨਹੀਂ ਇਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਪਾਕਿਸਤਾਨ ਸਥਿਤ ਕੱਟੜ ਪੰਥੀਆਂ ਦੇ ਸੰਪਰਕ ਚਾਏ 12 ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਵਿਜੀਲੈਂਸ ਬਿਊਰੋ ਨੇ ਬਿਜਲੀ ਵਿਭਾਗ ਦੇ ਇੱਕ जेई ਨੂੰ ਕਥਿਤ ਤੌਰ ਤੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਬਿਊਰੋ ਵੱਲੋਂ ਜਾਰੀ ਬਿਆਨ ਮੁਤਾਬਕ ਬਠਿੰਡਾ ਦੇ ਪਾਈ ਰੂਪਾ ਵਿਖੇ ਤਨਾ जेई ਪੁਨੀਤ ਨੂੰ 8000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ। ਵਿਜੀਲੈਂਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਤੇਜ ਸਿੰਘ ਮੁਤਾਬਕ ਬਿਜਲੀ ਮੁਲਾਜ਼ਮ ਉਸ ਦੇ ਖੇਤ ਦੀ ਮੋਟਰ ਦੇ ਬਿਜਲੀ ਕਨੈਕਸ਼ਨ ਲਈ ਨਵਾਂ ਟਰਾਂਸਫਾਰਮਰ ਜਾਰੀ ਕਰਨ ਬਦਲੇ 12000 ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਸੀ ਅਤੇ 4000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ ਵਿਜੀਲੈਂਸ ਨੇ ਜਾਲ ਵਿਛਾ ਕੇ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਨੇੜੇ ਬਠਿੰਡਾ ਮਾਰਗ ਤੇ ਦੋ ਕਾਰਾਂ ਦੀ ਆਹਮੋ-ਸਾਮਨੀ ਟੱਕਰ 'ਚ ਚਾਰ ਵਿਕਤੀਆਂ ਦੀ ਮੌਤ ਹੋ ਗਈ ਸੂਤਰਾਂ ਮੁਤਾਬਕ ਮਰਨ ਵਾਲਿਆਂ 'ਚ ਤਿੰਨ ਬਜ਼ੁਰਗ ਅਤੇ ਇੱਕ ਨੌਜਵਾਨ ਸ਼ਾਮਲ ਹੈ ਜਦਕਿ ਚਾਰ ਕੰਬੀ ਰੂਪ ਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਪਟਿਆਲਾ ਤੇ ਬਠਿੰਡਾ ਦੇ ਹਸਪਤਾਲਾਂ 'ਚ ਭੇਜਿਆ ਗਿਆ ਪੁਲਿਸ ਮੁਤਾਬਕ ਦੋ ਵਿਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ